ਇਹ ਜਿਹੜੇ ਦੁਖਤ ਹਾਲਾਤ ਲੰਘਦੇ ਰਹੇ ਇਸ ਦੇ ਵਿੱਚ ਕਿਉਂਕਿ ਸਿਰਫ ਨੌਜਵਾਨਾਂ ਦੇ ਹੱਥ ਵਿੱਚ ਬਾਗਡੋਰ ਸੀ ਬਜ਼ੁਰਗ ਇੱਕ ਪਾਸੇ ਹੋ ਗਏ ਸੀ ਕਹਿੰਦੇ ਨੇ ਕਾਰ ਦੇ ਵਿੱਚ ਜੇ ਗੈਸ ਪਾਈਦਾ ਹੈ ਤੇ ਕੂਲਰ ਵੀ ਪਾਈਦਾ ਹੈ ਕੂਲਰ ਤੇ ਹੈ ਨਹੀਂ ਸੀ ਗੈਸ ਹੀ ਗੈਸ ਸੀ ਓਵਰ ਹੀਟ ਹੋ ਗਏ ਸੀ ਇਹਨਾਂ ਦੀ ਓਵਰ ਹੀਟਿੰਗ ਤੋਂ ਫਾਇਦਾ ਉਠਾਇਆ ਦੁਸ਼ਟਾਂ ਨੇ ਔਰ ਸਿੱਖਾਂ ਦੇ ਰੂਪ ਵਿੱਚ ਦਾੜਵੀ ਭੇਜ ਕੇ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ ਉਸ ਦਿਨ ਮੇਰਾ ਦਿਲ ਬਹੁਤ ਟੁੱਟ ਗਿਆ ਜਦ ਇੰਦੌਰ ਤੋਂ ਸਰਦਾਰ ਪ੍ਰੀਤਮ ਸਿੰਘ ਆਪਣੇ ਪਰਿਵਾਰ ਸਾਹਿਬ ਦਰਸ਼ਨ ਕਰਨ ਲਈ ਆਏ ਤੇ ਜੰਡਿਆਲੇ ਦੇ ਕੋਲ ਸ਼ੂਟ ਕਰ ਦਿੱਤੇ ਗਏ ਸਾਰੇ ਪਰਿਵਾਰ ਸਮੇਤ ਇੰਦੌਰ ਤਿੰਨ ਦਿਨ ਬੰਦ ਰਿਹਾ ਉਹਨਾਂ ਦੇ ਸੋਗ ਵਿੱਚ ਕਿਉਂਕਿ ਸ਼ਹਿਰ ਦਾ ਸਭ ਤੋਂ ਸ਼ਰੀਫ ਮਨੁੱਖ ਸੀ ਸਰਦਾਰ ਪ੍ਰੀਤਮ ਸਿੰਘ ਵਾਸ ਮੈਂ ਐਲਾਨੀਆਂ ਕਿਹਾ ਇਹ ਸਿੱਖ ਨਹੀਂ ਕਰ ਸਕਦੇ ਸਿੱਖਾਂ ਦੇ ਰੂਪ ਵਿੱਚ ਭੇੜੀਏ ਕਰ ਰਹੇ ਨੇ ਵਕਤੀ ਤੌਰ ਤੇ ਤਹਿਰੀਕ ਵਾਪਸ ਲੈ ਲਓ ਨੇ ਤੇ ਬਹੁਤ ਸਾਰੇ ਸਿੱਖ ਮਾਰੇ ਜਾਣ ਆਖਰੀ ਇੱਕ ਦਿਨ ਐਸਾ ਹੋਇਆ ਮੇਰੇ ਦੇਖਦਿਆਂ ਦੇਖਦਿਆਂ ਲੌਂਗੋਵਾਲ ਨੇ ਵੀ ਫੈਸਲਾ ਕਰ ਲਿਆ ਸੁਲਾਹ ਕਰ ਲਈ ਔਰ ਮੇਰੇ ਦੇਖਣ ਦਾ ਵਾਕਿਆ ਰਕਾਬਗੰਜ ਤੋਂ ਨਿਕਲਦਿਆਂ ਲੌਂਗੋਵਾਲ ਨੂੰ ਇੱਥੋਂ ਪਕੜ ਲਿਆ ਇੱਕ ਨੌਜਵਾਨ ਨੇ ਫੈਸਲੇ ਤੇ ਦਸਖਤ ਨਾ ਕੀਤਾ ਅੱਖਾਂ ਭਰੀਆਂ ਹੋਈਆਂ ਸਨ ਲੌਂਗੋਵਾਲ ਨੇ ਕਹਿੰਦੇ ਜਵਾਨਾਂ ਨੂੰ ਬਚਾਉਣ ਵਾਸਤੇ ਦਸਖਤ ਕੀਤਾ ਭੁੱਲ ਜਾਣੀਆਂ ਨੇ ਜਵਾਨਾਂ ਤੇਰੇ ਵਰਗੇ ਜਵਾਨਾਂ ਨੂੰ ਬਚਾਉਣ ਵਾਸਤੇ ਕੀਤਾ ਨਹੀਂ ਤੇ ਰੁੱਲ ਜਾਓ ਸੰਭਲਣ ਦੇ ਅਜੇ ਕੌਮ ਸਾਰੀ ਜ਼ਖਮੀ ਹੈ ਸੰਭਲਣ ਦੇ ਪਰ ਕੌਣ ਇਤਨੀ ਗੱਲ ਸਮਝੇ ਇਹ ਮੇਰੇ ਸਾਹਮਣੇ ਉਹਨਾਂ ਦਾ ਗਰੇਬਾਨ ਪਕੜ ਕੇ ਪੰਜ ਸੱਤ ਗਾਲਾਂ ਵੀ ਕੱਢੀਆਂ ਕਿਉਂ ਸਹਿਣ ਗਈਆਂ ਕਹਿੰਦੇ ਕਿ ਤੁਹਾਨੂੰ ਬਚਾਉਣ ਵਾਸਤੇ ਮੈਂ ਨਹੀਂ ਚਾਹੁੰਦਾ ਪੰਜਾਬ ਦੀ ਹੋਰ ਨੌਜਵਾਨੀ ਬਰਬਾਦ ਹੋਵੇ ਇਹ ਐਸ ਪੀ ਬੇਦੀ ਜੋ ਐਡਮਿੰਟਨ ਚ ਇਸਨੇ ਵੀ ਕਬੂਲ ਕੀਤਾ ਗੈਨੀ ਜੀ ਇਹ ਤਹਿਰੀਕ ਸੀ ਇਸ ਤਰ੍ਹਾਂ ਦੇ ਨੌਜਵਾਨ ਸਾਰੇ ਖਤਮ ਕਰ ਲੈਣ ਇਹ ਆਪ ਕਹਿੰਦਾ ਹੁਣ ਕਹਿੰਦਾ ਪਰ ਕਿਉਂਕਿ ਹੁਣ ਆ ਗਿਆ ਪੰਜਾਬ ਤੋਂ ਐਡਮਿੰਟਨ ਰਹਿੰਦਾ ਹੁਣ ਸਾਰੀ ਗੱਲ ਦੱਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਦਾਸ ਨੇ ਇਹ ਕਥਾ ਰੱਖਣ ਤੋਂ ਪਹਿਲਾਂ ਕੁਝ ਜੋ ਬਿਆਨ ਦੇਣਾ ਜ਼ਰੂਰੀ ਸਮਝਿਆ ਕਿਉਂਕਿ ਇਹ ਜੋ ਪੱਖ ਆ ਇਸਨੂੰ ਦੋ ਤਰਫੀ ਜੋ ਸਿੱਖ ਕੌਮ ਵੱਲੋਂ ਦੇਖਿਆ ਜਾਂਦਾ ਅਤੇ ਜਿਵੇਂ ਕਿ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 20 ਅਗਸਤ ਦੇ ਦਿਨ ਹਰਚੰਦ ਸਿੰਘ ਲੌਂਗੋਵਾਲ ਨੂੰ ਜੋ ਸਿੱਖਾਂ ਦੀ ਤਰਫੋਂ ਗੱਡੀ ਚੜ੍ਹਾਇਆ ਗਿਆ ਅਤੇ ਦਾਸ ਦੀ ਦੇਖੋ ਕੋਈ ਇੰਨੀ ਉਮਰ ਤਾਂ ਨਹੀਂ ਗਈ ਉਹ 84 ਦਾ ਘੱਲੂਘਾਰਾ ਜਾਂ ਹਰਚੰਦ ਸਿੰਘ ਲੌਂਗੋਵਾਲ ਜਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਅੱਖੀ ਦੇਖਿਆ ਹੋਵੇ ਅਤੇ ਅੱਖੀ ਇਹ ਸਾਰਾ ਕੁਛ ਜੋ ਸਿੱਖ ਕੌਮ ਦੇ ਨਾਲ ਵਾਪਰਿਆ ਦੇਖ ਕੇ ਅਤੇ ਆਪਣੇ ਜੋ ਹਿਸਾਬ ਦੇ ਨਾਲ ਕੋਈ ਪੱਖ ਰੱਖੇ ਦਾਸ ਦੀ ਕੋਈ ਇੰਨੀ ਉਮਰ ਤਾਂ ਨਹੀਂ ਮੈਂ ਬਸ ਕਿਤਾਬਾਂ ਪੜ੍ਹੀਆਂ ਅਤੇ ਇੱਕ ਦਿਨ ਬੈਠਾ ਸੰਤ ਮਸਕੀਨ ਜੀ ਦੀ ਇਹ ਕਥਾ ਸੁਣ ਰਿਹਾ ਸੀ ਜਿਸ ਦੇ ਵਿੱਚ ਚੰਦ ਸ਼ਬਦ ਉਹਨਾਂ ਨੇ ਹਰਚੰਦ ਸਿੰਘ ਲੌਂਗੋਵਾਲ ਦੇ ਬਾਰੇ ਰੱਖੇ ਉਹ ਤੁਹਾਡੇ ਅੱਗੇ ਰੱਖ ਰਿਹਾ ਸੋ ਕਿਰਪਾ ਕਰਕੇ ਪਿਆਰੀ ਸਾਧ ਸੰਗਤ ਜੀਓ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਕਿ ਇਸ ਨੂੰ ਕੋਈ ਵਿਸ਼ਾ ਜਾਂ ਕੋਈ ਲੜਾਈ ਦਾ ਸਾਧਨ ਨਾ ਬਣਾਇਆ ਜਾਵੇ ਕਮੈਂਟਸ ਦੇ ਸੈਕਸ਼ਨ ਦੇ ਵਿੱਚ ਅਤੇ ਇਸ ਨੂੰ ਬਸ ਇੱਕ ਸੰਤ ਮਸਕੀਨ ਜੀ ਦਾ ਪੱਖ ਜੋ ਹੈ ਸਮਝ ਕੇ ਅਤੇ ਇਸ ਨੂੰ ਜੋ ਹੈ ਦੇਖਿਆ ਜਾਵੇ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।